ਵਿਧਾਇਕ ਤਰਨਪ੍ਰੀਤ ਸਿੰਘ ਸੋਂਦ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ 'ਚ ਮੰਤਰੀ ਨਹੀਂ ਬਖਸ਼ੇ ਗਏ, ਇਹ ਸਰਕਾਰ ਰਿਸ਼ਵਤਖੋਰਾਂ ਨੂੰ ਨਹੀਂ ਬਖਸ਼ੇਗੀ। ਪਹਿਲਾਂ ਵੀ ਛੋਟੀਆਂ-ਛੋਟੀਆਂ ਸ਼ਿਕਾਇਤਾਂ ਆਈਆਂ ਸੀ, ਪਰੰਤੂ ਹੁਣ ਇਹ ਆਗੂ ਪ੍ਰਸ਼ਾਸਨ ਦੇ ਟ੍ਰੈਪ 'ਚ ਫਸ ਗਈ। ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਵਿਧਾਇਕ ਨੇ ਕਿਹਾ ਕਿ ਇਹਨਾਂ ਆਗੂਆਂ ਖਿਲਾਫ ਕਾਰਵਾਈ ਲਈ ਪਾਰਟੀ ਨੂੰ ਲਿਖ ਦਿੱਤਾ ਗਿਆ ਹੈ। ਸਰ, ਉਹਦੇ 'ਤੇ ਮੇਰਾ ਇਹ ਰਿਐਕਸ਼ਨ ਹੈ, ਦੇਖੋ ਆਮ ਆਦਮੀ ਪਾਰਟੀ ਬੜੀ ਜ਼ੀਰੋ ਟੋਲਰੈਂਸ ਪਾਰਟੀ ਹੈ। ਉਹ ਕੋਈ ਵੀ ਅਹੁਦੇਦਾਰ ਕਿਸੇ ਵੀ ਅਹੁਦੇ 'ਤੇ ਬੈਠਾ ਹੋਵੇ, ਜੇਕਰ ਉਹ ਭ੍ਰਿਸ਼ਟਾਚਾਰ ਦੇ ਵਿੱਚ ਵਿਲੁਪਤ ਪਾਇਆ ਜਾਊਗਾ ਜਾਂ ਸਮਾਜ ਦੇ ਵਿੱਚ ਕੋਈ ਐਸਾ ਹਰਕਤ ਕਰੂਗਾ ਜਿਹਦੇ ਨਾਲ ਸਮਾਜ ਦੇ ਵਿੱਚ ਇੱਕ ਡਰ ਦਾ ਮਾਹੌਲ ਬਣੇ, ਸਹਿਮ ਦਾ ਮਾਹੌਲ ਬਣੇ, ਕਿਉਂਕਿ ਦੇਖੋ ਉਰੇ ਇਸ ਸੀਟ 'ਤੇ ਬਿਠਾਉਣ ਵਾਲੇ ਸਾਨੂੰ ਜਨਤਾ ਹੈ, ਲੋਕ ਨੇ। ਲੋਕ ਚਾਹਣ ਤਾਂ ਤਖ਼ਤ 'ਤੇ ਬਿਠਾ ਦਿੰਦੇ ਨੇ, ਇਹੀ ਲੋਕ ਚਾਹਣ ਤਾਂ ਤਖ਼ਤ 'ਤੇ ਵੀ ਬਿਠਾ ਦਿੰਦੇ ਨੇ। ਸੋ ਇਸ ਕਰਕੇ ਅਸੀਂ ਤਾਂ ਆਪਣੇ ਮਤਲਬ ਕਿ ਪੰਜਾਬ ਦੀ ਆਪਣੇ ਹਲਕੇ ਖੰਨੇ ਦੀ ਜਨਤਾ ਦੇ ਨਾਲ ਹੈ। ਮੁੱਖ ਮੰਤਰੀ ਸਾਹਿਬ ਦੇ ਬਿਲਕੁਲ ਇਹ ਕਲੀਅਰ ਨਿਰਦੇਸ਼ ਨੇ ਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ, ਅਸੀਂ ਤਾਂ ਲੋਕ ਹਿੱਤ ਦੇ ਫੈਸਲੇ ਲੈਣੇ ਨੇ। ਜੇ ਕਿਸੇ ਨੇ ਕੁਛ ਵੀ ਕੀਤਾ, ਕਾਨੂੰਨ ਬੈਠਾ, ਕਾਨੂੰਨ ਨੇ ਆਪਣੀ ਉਹ ਕਾਰਵਾਈ ਕੀਤੀ ਹੈ, ਆਉਣ ਵਾਲੇ ਸਮੇਂ 'ਚ ਜੋ ਕਾਨੂੰਨੀ ਕਾਰਵਾਈ ਦੇ ਦੌਰਾਨ ਬਣਦੀ ਸਜ਼ਾ ਹੋਊਗੀ, ਉਹ ਆਪਣੀ ਜੋ ਜਿਹਨੇ ਗਲਤੀ ਕੀਤੀ ਉਹ ਆਪਣੀ ਭੁਗਤੂਗਾ। ਦੇਖੋ ਗੱਲ, ਮੈਂ ਇੱਕ ਤੁਹਾਨੂੰ ਗੱਲ ਦੱਸਦਾ, ਸ਼ਿਕਾਇਤਾਂ ਨਿੱਕੀਆਂ ਮੋਟੀਆਂ ਸਾਡੇ ਕੋਲ ਜਿਹੜੀਆਂ ਵੀ ਆਉਂਦੀਆਂ ਸੀ, ਅਸੀਂ ਚਲੋ ਮਤਲਬ ਕਿ ਅਸੀਂ ਪ੍ਰਸ਼ਾਸਨ ਦੇ ਆਪਣੀ ਨਿਗਾਹ ਦੇ ਵਿੱਚ ਇਹ ਦੱਸੀਆਂ ਹੋਈਆਂ ਸੀਗੀਆਂ। ਅਤੇ ਜਿਹੜੀ ਵੀ ਹੁਣ ਇਹਨਾਂ ਨੇ ਕੋਈ ਕਾਰਵਾਈ, ਕੋਈ ਵੱਡੀ ਹਰਕਤ ਕੀਤੀ ਹੈ, ਉਸ ਦੌਰਾਨ ਇਹ ਆਪ ਖੁਦ ਜਾ ਕੇ ਜੇ ਪ੍ਰਸ਼ਾਸਨ ਦੇ ਟ੍ਰੈਪ ਦੇ ਵਿੱਚ ਆ ਗਏ ਤਾਂ ਪ੍ਰਸ਼ਾਸਨ ਨੇ ਬਣਦੀ ਜੋ ਯੋਗ ਕਾਰਵਾਈ ਉਹ ਕਰ ਦਿੱਤੀ। ਮੈਂ ਕੱਲ੍ਹ ਹੀ ਆਪਣੇ ਪਾਰਟੀ ਹਾਈਕਮਾਂਡ ਨੂੰ ਇਹਨਾਂ ਦੇ ਬਾਰੇ 'ਚ ਲਿਖ ਕੇ ਭੇਜ ਚੁੱਕੇ ਹਾਂ, ਅਤੇ ਆਉਣ ਵਾਲੇ ਸਮੇਂ 'ਚ ਪਾਰਟੀ ਹਾਈਕਮਾਂਡ ਇਹਨਾਂ ਦੇ ਉੱਤੇ ਬੜਾ ਜੋ ਵੀ ਫੈਸਲਾ ਹੋਊਗਾ ਸਖ਼ਤ ਲਊਗੀ। ਮੈਂ ਚੇਤਾਵਨੀ ਨਹੀਂ ਦੇਣੀ ਚਾਹੁੰਦਾ ਜੀ, ਆਪਾਂ ਉਰੇ ਚੇਤਾਵਨੀ ਦੇਣ ਨੂੰ ਨਹੀਂ, ਬੇਨਤੀ ਕਰਨ ਨੂੰ ਬੈਠੇ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਾਰਟੀਆਂ ਡਿਸਿਪਲਿਨ ਨਾਲ ਚੱਲਦੀਆਂ, ਪਾਰਟੀ ਦਾ ਡਿਸਿਪਲਿਨ ਨਾ ਭੰਗ ਕਰੋ, ਔਰ ਮੈਂ ਹੱਥ ਜੋੜ ਕੇ ਫਿਰ ਬੇਨਤੀ ਕਰਦਾ ਆਪਣੇ ਮੁੱਖ ਮੰਤਰੀ ਸਾਹਿਬ 'ਤੇ ਭਰੋਸਾ ਰੱਖੋ। ਇਕੱਲੇ ਇਕੱਲੇ ਵਲੰਟੀਅਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ 100% ਜਿਵੇਂ ਜਿਵੇਂ ਚੋਣਾਂ ਆਉਣਗੀਆਂ, ਚੋਣਾਂ ਲੜਾਈਆਂ ਜਾਣਗੀਆਂ, ਆਉਣ ਵਾਲੇ ਸਮੇਂ 'ਚ ਆਪਣੇ ਵਲੰਟੀਅਰਾਂ ਨੂੰ ਚੰਗੇ ਅਹੁਦਿਆਂ 'ਤੇ ਐਡਜਸਟ ਕੀਤਾ ਜਾਊਗਾ। ਅਤੇ ਜਦੋਂ ਆਪਾਂ ਕਿਸੇ ਵੀ ਕੰਮ ਦੇ ਵਿੱਚ ਬੇਸਬਰੇ ਹੋ ਜਾਂਦੇ ਹਾਂ, ਆਪਾਂ ਆਪਣਾ ਪੇਸ਼ੈਂਸ ਖੋ ਦਿੰਦੇ ਹਾਂ, ਫਿਰ ਆਪਾਂ ਕੋਈ ਐਡੀ ਵੱਡੀ ਗਲਤੀ ਕਰ ਬੈਠਦੇ ਹਾਂ ਜਿਹਦਾ ਖਮਿਆਜ਼ਾ ਮੁੜ ਕੇ ਭੁਗਤਿਆ ਨਹੀਂ ਜਾਂਦਾ, ਔਰ ਜਿਹਦੇ ਕਰਕੇ ਫਿਰ ਸਾਨੂੰ ਆਉਣ ਵਾਲੇ ਸਮੇਂ 'ਚ ਜਿਹੜਾ ਕਾਨੂੰਨ ਦੀ ਪ੍ਰਤੀਕਿਰਿਆ ਉਹਦੇ ਵਿੱਚ ਦੀ ਲੰਘਣਾ ਪੈਂਦਾ। ਜਿਹੜੇ ਲੋਕ ਇਹਦਾ ਸਾਥ ਦਿੰਦੇ ਨੇ ਜਾਂ ਪਾਰਟੀ ਦਾ ਅਨੁਸ਼ਾਸਨ ਭੰਗ ਕਰਦੇ ਆ, ਉਹਨਾਂ 'ਤੇ ਉਹ ਪਾਰਟੀ ਦੇ ਜਿਹੜੇ ਲੋਕ ਕਿਸੇ ਵੀ ਮਤਲਬ ਕਿ ਕ੍ਰਿਮੀਨਲ ਬੰਦੇ ਦਾ ਸਾਥ ਦੇਣਗੇ, ਉਹ ਵੀ ਇੱਕ ਆਪਣੇ ਆਪ 'ਚ ਇੱਕ ਕ੍ਰਾਈਮ ਹੈ, ਉਹ ਵੀ ਆਪਣੇ ਆਪ 'ਚ ਇੱਕ ਇਹ ਬਹੁਤ ਵੱਡਾ ਜਾਣੀ ਕਿ ਜਿਹਨੂੰ ਕਹਿ ਲਓ ਵੀ ਕਹਿ ਸਕਦੇ ਹਾਂ ਵੀ ਇੱਕ ਕ੍ਰਾਈਮ ਹੈ ਕਹੂੰਗਾ ਮੈਂ ਤਾਂ। ਅਤੇ ਉਲਟੀ ਉੱਚੀ ਹੋਈ ਹੈ ਜੀ, 2-3 ਗੁਣਾ ਉੱਚੀ ਹੋ ਗਈ ਸ਼ਾਖ, ਕਿਉਂਕਿ ਜੇ ਕੋਈ ਹੋਰ ਪਾਰਟੀ ਹੁੰਦੀ ਉਹ ਇਹਨਾਂ 'ਤੇ ਚਾਦਰਾਂ ਤਾਣਦੀ, ਇਹਨਾਂ ਨੂੰ ਚਾਦਰਾਂ ਤਾਣ ਕੇ ਇਹਨਾਂ ਨੂੰ ਲਪੇਟ ਕੇ ਰੱਖਦੀ, ਅਤੇ ਨਾਲ ਦੀ ਨਾਲ ਉਹ ਇਹਨਾਂ ਨੂੰ ਮਤਲਬ ਕਿ ਇਹਨਾਂ ਦੇ ਕੀਤੇ ਹੋਏ ਜਿਹੜੇ ਕੰਮ ਸੀ ਉਹਨਾਂ ਨੂੰ ਲੁਕਾਉਂਦੀ। ਪਰ ਇਹ ਆਮ ਆਦਮੀ ਪਾਰਟੀ ਹੈ, ਇਹਨਾਂ ਆਮ ਆਦਮੀ ਪਾਰਟੀ ਨੇ ਤਾਂ ਆਪਣੇ ਮਿਨਿਸਟਰਸ ਦੇ ਉੱਤੇ ਕਾਰਵਾਈ ਕਰਤੀ, ਆਪਣੇ MLAs 'ਤੇ ਕਾਰਵਾਈ ਕਰਤੀ, ਤਾਂ ਇਹ ਤਾਂ ਜਿਹੜੀ ਵੀ ਕੋਈ ਕਿਸੇ ਵੀ ਵੱਡੇ ਤੋਂ ਵੱਡੇ ਅਹੁਦੇ 'ਤੇ ਵੀ ਕੋਈ ਵਿਰਾਜਮਾਨ ਬੈਠਾ ਹੋਵੇ, ਜੇ ਅਨੁਸ਼ਾਸਨ ਤਾਂ ਭੰਗ ਕਰੂਗਾ ਅਤੇ ਲੋਕਾਂ ਦੇ ਵਿੱਚ ਡਰ ਦਾ ਸਹਿਮ ਦਾ ਮਾਹੌਲ ਬਣਾਊਗਾ ਜਾਂ ਬਦਮਾਸ਼ੀ ਕਰੂਗਾ, ਉਹ ਕਿਸੇ ਵੀ ਕਿਸਮ ਦਾ ਬਰਦਾਸ਼ਤ ਨਹੀਂ ਕੀਤਾ ਜਾਊਗਾ।